ਬਾਜੀ ਕੰਮ ਟੀਵੀ ਦੇਖ ਰਹੇ ਸਾਰੇ ਰਾਜਕਾਨਾ ਹਾਰਦਿਕ ਸਵਾਗਤ ਕਰਦੇ ਹਾਂ। ਹੁਣ ਅਸੀਂ ਅੱਜ ਦੀਆਂ ਮੁੱਖ ਖਬਰਾਂ ਦੇ ਇੱਕ ਨਜ਼ਰ ਮਾਰਦੇ ਹਾਂ। ਦਿੱਲੀ ਵਿੱਚ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੇ ਕਿਸਾਨ ਆਗੂ ਨੇ ਅੱਜ ਪੱਛਮੀ ਬੰਗਾਲ ਵਿੱਚ ਪਹੁੰਚ ਕੇ ਵੱਡਾ ਐਲਾਨ ਕੀਤਾ। ਇੱਥੇ ਪ੍ਰੈਸ ਕਾਨਫਰੰਸ ਕਰਕੇ ਕਿਸਾਨ ਲੀਡਰਾਂ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਬੀਜੇਪੀ ਨੂੰ ਹਰਾਉਣਾ ਜ਼ਰੂਰੀ ਹੈ। ਕਿਸਾਨ ਆਗੂ ਨੇ ਕਿਹਾ ਕਿ ਉਹ ਕਿਸੇ ਪਾਰਟੀ ਦੀ ਹਮਾਇਤ ਨਹੀਂ ਕਰ ਰਹੇ, ਪਰ ਬੰਗਾਲ ਚੋਣਾਂ ਵਿੱਚ ਜੇ ਭਾਜਪਾ ਹਾਰ ਜਾਂਦੀ ਹੈ ਤਾਂ ਉਸਦਾ ਕਮਾਨ ਟੁੱਟ ਜਾਵੇਗਾ ਅਤੇ ਫਿਰ ਕਿਸਾਨਾਂ ਦੀ ਜਿੱਤ ਮੰਨੀ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਚੋਣ ਕਮਿਸ਼ਨਰ ਇੱਕ ਸੁਤੰਤਰ ਵਿਅਕਤੀ ਹੋਣਾ ਚਾਹੀਦਾ ਹੈ। ਕੋਈ ਵੀ ਅਧਿਕਾਰੀ ਜੋ ਕੇਂਦਰ ਜਾਂ ਸੂਬਾ ਸਰਕਾਰ ਦੀ ਸੇਵਾ ਦੇ ਵਿੱਚ ਹੈ ਜਾਂ ਕਿਸੇ ਲਾਭ ਦੇ ਅਹੁਦੇ ਤੇ ਹੈ ਉਸ ਨੂੰ ਚੋਣ ਕਮਿਸ਼ਨਰ ਨਿਯੁਕਤ ਨਹੀਂ ਕੀਤਾ ਜਾ ਸਕਦਾ। ਇੱਕ ਕੇਸ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੂੰ ਪਤਾ ਲੱਗਿਆ ਕਿ ਗੋਆ ਵਿੱਚ ਰਾਜ ਕਾਨੂੰਨ ਮੰਤਰਾਲੇ ਦੇ ਸਕੱਤਰ ਨੂੰ ਚੋਣ ਕਮਿਸ਼ਨਰ ਦਾ ਵਾਧੂ ਚਾਰਜ ਦਿੱਤਾ ਗਿਆ ਹੈ, ਜਿਸ ਨੂੰ ਗਲਤ ਦੱਸਦਿਆਂ ਅਦਾਲਤ ਨੇ ਇਹ ਅਹਿਮ ਆਦੇਸ਼ ਦਿੱਤਾ ਕਿ ਜੋ ਪੂਰੇ ਦੇਸ਼ ਤੇ ਲਾਗੂ ਹੋਵੇਗਾ। ਪੰਜਾਬ ਦੇ ਸਾਰੇ ਸਕੂਲ ਪ੍ਰੀ ਨਰਸਰੀ ਤੋਂ ਲੈ ਕੇ 12ਵੀਂ ਜਮਾਤ ਤੱਕ ਬੰਦ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਸੂਬੇ ਵਿੱਚ ਕੋਰੋਨਾ ਦੀ ਸਥਿਤੀ ਕਾਰਨ ਇਹ ਫੈਸਲਾ ਲਿਆ ਹੈ। ਸੂਬੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਰਫ ਅਧਿਆਪਕ ਸਕੂਲ ਆਉਣਗੇ, ਨਾਲ ਹੀ ਜੇਕਰ ਇਮਤਿਹਾਨ ਦੇ ਨਾਲ ਸੰਬੰਧਿਤ ਕੋਈ ਸਮੱਸਿਆ ਆਉਂਦੀ ਹੈ ਤਾਂ ਬੱਚੇ ਅਧਿਆਪਕ ਦੇ ਕੋਲ ਸਕੂਲ ਜਾ ਸਕਦੇ ਨੇ। ਹਰਿਆਣਾ ਦੇ ਟੋਹਾਣਾ ਵਿੱਚ ਕਿਸਾਨ ਜਥੇਬੰਦੀ ਨੇ ਜੇਜੇਪੀ ਵਿਧਾਇਕ ਦੇਵਿੰਦਰ ਬਾਬਲੀ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਟੋਹਾਣਾ ਦੇ ਕਾਸਾ ਪਾਰਕ ਵਿੱਚ ਪੱਕੇ ਮੋਰਚੇ ਤਹਿਤ ਸ਼ੁੱਕਰਵਾਰ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋਏ, ਜਿਨ੍ਹਾਂ ਨੇ ਵਿਧਾਇਕ ਦੇਵਿੰਦਰ ਬਾਬਲੀ ਦਾ ਪੁਤਲਾ ਫੂਕਿਆ। ਇਸ ਦੌਰਾਨ ਕਿਸਾਨ ਆਗੂ ਨੇ ਕਿਹਾ ਕਿ ਬਾਬਲੀ ਕਿਸਾਨਾਂ ਦੀ ਜਨਤਾ ਦੇ ਦਰਮਿਆਨ ਵੱਖਰੀ ਗੱਲ ਕਰਦੇ ਨੇ, ਜਦੋਂ ਕਿ ਉਹ ਵਿਧਾਨ ਸਭਾ ਵਿੱਚ ਸਰਕਾਰ ਦੀ ਹਮਾਇਤ ਕਰਦੇ ਨੇ। ਉਹਨਾਂ ਕਿਹਾ ਕਿ ਉਹ ਅਜਿਹੀ ਦੋਗਲੀ ਰਾਜਨੀਤੀ ਕਰਨ ਵਾਲਿਆਂ ਦਾ ਵਿਰੋਧ ਕਰਦੇ ਨੇ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਉਹ ਜੇਜੇਪੀ ਅਤੇ ਭਾਜਪਾ ਵਿਧਾਇਕਾਂ ਦੇ ਆਗੂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੁੰਦੇ ਨੇ। ਉਹਨਾਂ ਦੇ ਵਿਰੁੱਧ ਪਿੰਡਾਂ ਵਿੱਚ ਨੋ ਐਂਟਰੀ ਦੇ ਬੋਰਡ ਵੀ ਲਗਾਏ ਜਾ ਚੁੱਕੇ ਨੇ। ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦਿਆਂ ਹੁਣ ਤੱਕ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ। ਅੱਜ ਫਤਿਹਗੜ੍ਹ ਵਿੱਚ ਨਾਈਟ ਕਰਫਿਊ ਲਗਾਇਆ ਜਾਵੇਗਾ। ਇਸ ਤਰ੍ਹਾਂ ਹੁਣ ਤੱਕ ਨਵਾਂਸ਼ਹਿਰ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ, ਲੁਧਿਆਣਾ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਨਾਈਟ ਕਰਫਿਊ ਲਗਾਇਆ ਗਿਆ ਹੈ। ਹਾਦਸੇ ਕਲੋਨੀ ਵਿੱਚ ਅੱਗ ਲੱਗਣ ਦੇ ਨਾਲ ਅਫਰਾ ਤਫਰੀ ਦਾ ਮਾਹੌਲ ਬਣ ਗਿਆ, ਜਦੋਂ ਉੱਥੇ ਸਿਲੰਡਰ ਵਿੱਚ ਬਲਾਸਟ ਹੋਣ ਦੇ ਨਾਲ 35 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਅੱਗ ਲੱਗਣ ਦਾ ਕਾਰਨ ਝੁੱਗੀ ਵਿੱਚ ਪਏ ਸਿਲੰਡਰ ਦਾ ਅਚਾਨਕ ਫਟ ਜਾਣਾ ਦੱਸਿਆ ਜਾ ਰਿਹਾ ਹੈ। ਠੇਕਾ ਮਾਲਮ ਸੰਘਰਸ਼ ਮੋਰਚਾ ਦੇ ਬੈਨਰ ਦੇ ਹੇਠ ਅੱਜ ਸਮੂਹ ਵਿਭਾਗਾਂ ਦੇ ਠੇਕਾ ਮਾਲਮਾਂ ਦੇ ਵੱਲੋਂ ਠੇਕਾ ਮਾਲਮਾਂ ਨੂੰ ਰੈਗੂਲਰ ਕਰਨ ਅਤੇ ਨਵੇਂ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸ਼ਾਹੀ ਸ਼ਹਿਰ ਪਟਿਆਲਾ ਦੇ ਫਾਰ ਚੌਂਕ ਵਿਖੇ ਕਈ ਘੰਟੇ ਜਾਮ ਲਗਾ ਕੇ ਵੱਡੀ ਰੈਲੀ ਕੀਤੀ ਅਤੇ ਮੋਤੀ ਮਹਿਲ ਤੱਕ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਠੇਕਾ ਕਰਮੀਆਂ ਨੇ ਪੰਜਾਬ ਦੇ ਪਾਵਰ ਕੰਮ ਤੇ ਹੋਰ ਵਿਭਾਗਾਂ ਦੇ ਸਮੁੱਚੇ ਕਰਮਚਾਰੀਆਂ ਨੂੰ ਤੁਰੰਤ ਰੈਗੂਲਰ ਕਰਨ ਦੀ ਮੰਗ ਕੀਤੀ। ਸਰਕਾਰੀ ਕਾਲਜ ਮੇਰਕੋਟਲਾ ਵਿਖੇ NSS ਦੇ 7 ਰੋਜ਼ ਕੈਂਪ ਦੇ ਅੱਜ 6ਵੇਂ ਦਿਨ ਮੋਬਾਈਲ ਐਡਿਕਸ਼ਨ ਸੰਬੰਧੀ ਇੱਕ ਵਿਸ਼ੇਸ਼ ਲੈਕਚਰ ਦਾ ਪ੍ਰਬੰਧ ਕੀਤਾ ਗਿਆ। ਕੈਂਪ ਵਿੱਚ ਅੱਜ ਲੈਕਚਰ ਮੁਹੰਮਦ ਸ਼ਫੀਕ ਦੇ ਅਨੁਸਾਰ ਅਜਿਹੇ ਕੈਂਪਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਜੋ ਕਿ ਇਸ ਕੈਂਪ ਨੂੰ ਬਤੌਰ ਵਲੰਟੀਅਰ ਜੁਆਇਨ ਕਰਦੇ ਹਨ ਨੂੰ ਸਮਾਜ ਭਲਾਈ ਦੇ ਕੰਮਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਹਨਾਂ ਦਾ ਸਰਬਪੱਖੀ ਵਿਕਾਸ ਕਰਨਾ ਹੁੰਦਾ ਹੈ। ਕੈਂਪ ਦੌਰਾਨ ਵਿਦਿਆਰਥੀ ਨੂੰ ਵੱਖ ਵੱਖ ਮਾਹਿਰਾਂ ਅਤੇ ਆਪਣੇ ਖੇਤਰ ਵਿੱਚ ਨਿਪੁੰਨ ਹਾਸਿਆਂ ਦੇ ਲੈਕਚਰ ਵਿਦਿਆਰਥੀਆਂ ਦੇ ਸਾਹਮਣੇ ਪੇਸ਼ ਕੀਤੇ ਗਏ। ਉਹ ਇੱਕ ਚੰਗੇ ਸਮਾਜ ਸੇਵਕ ਅਤੇ ਇੱਕ ਚੰਗੇ ਨਾਗਰਿਕ ਸਿੱਧ ਹੋ ਸਕਣ। ਇਸੇ ਕੜੀ ਤਹਿਤ ਡਾਕਟਰ ਮਹਿਮਦ ਨਦੀਮ, ਸਾਈਕੋਲੋਜਿਸਟ ਜੋ ਕਿ ਕਰੋਨਾ ਨਿਊਰੋ ਸਾਈਕੈਟਰੀ ਹਸਪਤਾਲ ਸੰਗਰੂਰ ਵਿਖੇ ਆਪਣੀਆਂ ਸੇਵਾਵਾਂ ਦੇ ਵਾਲੇ ਨੇ। ਉਹਨਾਂ ਵੱਲੋਂ ਮੋਬਾਈਲ ਐਡਿਕਸ਼ਨ ਵਿਸ਼ੇ ਉੱਪਰ ਵਲੰਟੀਅਰਸ ਨੂੰ ਲੈਕਚਰ ਦਿੱਤਾ ਗਿਆ, ਜਿਸ ਵਿੱਚ ਉਹਨਾਂ ਨੇ NSS ਵਲੰਟੀਅਰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਬਾਈਲ ਭਾਵੇਂ ਕਿ ਸਾਡੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਾ ਹੈ, ਪਰੰਤੂ ਸਾਡੇ ਇਸ ਦੇ ਮਾੜੇ ਅਸਰਾਂ ਤੋਂ ਪੂਰਨ ਤੌਰ 'ਤੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਮੌਕੇ ਪਹੁੰਚੇ ਹੋਰ ਮਾਹਿਰਾਂ ਅਤੇ ਵਿਦਿਆਰਥੀਆਂ ਨੇ ਕੀ ਕਿਹਾ, ਆਓ ਦੇਖਦੇ ਹਾਂ। ਮੇਰਾ ਨਾਮ ਮੁਹੰਮਦ ਨਦੀਮ ਅਤੇ ਮੈਂ ਐਜ਼ ਆ ਸਾਈਕੋਲੋਜਿਸਟ ਸੰਗਰੂਰ ਕਰੋਨਾ ਨਿਊਰੋ ਸਾਈਕੈਟਰੀ ਹੋਸਪਿਟਲ ਦੇ ਵਿੱਚ ਜੋਬ ਕਰ ਰਿਹਾ। ਤਕਰੀਬਨ ਮੈਨੂੰ 3 ਸਾਲ ਹੋ ਗਏ ਉਸ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੂੰ। ਔਰ ਮੈਨੂੰ ਅੱਜ ਇੱਥੇ ਬੁਲਾਇਆ ਗਿਆ ਸੀਗਾ ਕਿ ਲੈਕਚਰ ਦੇ ਲਈ ਬੁਲਾਇਆ ਗਿਆ, ਜੋ ਜਿਸ ਦਾ ਟੋਪਿਕ ਸੀਗਾ ਮੋਬਾਈਲ ਡੀ ਐਡਿਕਸ਼ਨਸ ਹੈ। ਔਰ ਮੈਂ ਸਮਝਦਾ ਹਾਂ ਕਿ ਅੱਜ ਦੀ ਸਭ ਤੋਂ ਜ਼ਿਆਦਾ ਐਡਿਕਸ਼ਨ ਹੋਣ ਵਾਲੀ ਚੀਜ਼ ਹੈ, ਜੋ ਬੱਚਿਆਂ ਦੇ ਵਿੱਚ ਹਰ ਵਰਗ ਦੇ ਵਿੱਚ, ਹਰ ਏਜ ਵਰਗ ਦੇ ਵਿੱਚ ਇਹ ਐਡਿਕਸ਼ਨ ਪਾਈ ਜਾਊਗੀ। ਔਰ ਇਹ ਐਡਿਕਸ਼ਨ ਐਸੀ ਹੈ, ਇਹ ਐਡਿਕਸ਼ਨ ਦੇ ਲਈ ਕੋਈ ਸਾਨੂੰ ਮਨਾ ਵੀ ਨਹੀਂ ਕਰਦਾ, ਸਗੋਂ ਕਿ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਜਦੋਂ ਬੱਚਾ ਛੋਟਾ ਹੁੰਦਾ ਹੋਇਆ ਫੋਨ ਚਲਾਉਣ ਲੱਗਦਾ ਤਾਂ ਮਾਪੇ ਸੋਚਦੇ ਨੇ ਕਿ, ਦੱਸਦੇ ਨੇ ਕਿ ਸਾਡਾ ਬੱਚਾ ਦੇਖੋ ਟੱਚ ਫੋਨ ਚਲਾਉਣ ਲੱਗ ਗਿਆ, ਵਧੀਆ ਸਰਚ ਕਰਨ ਲੱਗ ਗਿਆ, ਅਸੀਂ ਇੱਕ ਦੂਸਰੇ ਨੂੰ ਵਧੀਆ ਵਧੀਆ ਦੱਸਦੇ ਹਾਂ, ਪਰ ਇਹ ਨਹੀਂ ਪਤਾ ਉਹ ਦੇਖ ਹੀ ਰਿਹਾ ਤਾਂ ਕੀ ਕੁਆਲਿਟੀ ਦਾ ਦੇਖ ਰਿਹਾ, ਕਿਉਂ ਦੇਖ ਰਿਹਾ ਹੈ, ਕਿਸ ਤਰ੍ਹਾਂ ਦੇਖ ਰਿਹਾ ਹੈ। ਤਾਂ ਮੇਰੀ ਕੋਸ਼ਿਸ਼ ਇਹੀ ਹੈ ਔਰ ਮੇਰਾ ਏਮ ਹੈ, ਮੋਟਿਵ ਹੈ ਕਿ ਮੈਂ ਇਸ ਐਡਿਕਸ਼ਨ ਹੈ, ਜੋ ਮੋਬਾਈਲ ਯੂਜ਼ ਕਰਨਾ ਮਾੜਾ ਨਹੀਂ ਹੈਗਾ, ਦੁਨੀਆ ਦੇ ਵਿੱਚ ਜੋ ਵੀ ਇਨਵੈਂਸ਼ਨ ਹੁੰਦੀਆਂ ਨੇ, ਜੋ ਵੀ ਇਨੋਵੇਸ਼ਨ ਹੁੰਦੀਆਂ ਨੇ, ਹਰ ਚੀਜ਼ ਦਾ ਕੋਈ ਨਾ ਕੋਈ ਮਕਸਦ ਹੁੰਦਾ ਹੈ। ਪਰ ਦਿੱਕਤ ਕੀ ਆਉਂਦੀ ਹੈ, ਐਡਿਕਸ਼ਨ ਕੀ ਹੁੰਦੀ ਹੈ, ਕਿਸੇ ਵੀ ਚੀਜ਼ ਦਾ ਦੁਰਉਪਯੋਗ,
दुरउपयोग उदों हुंदा है जे सानू सही उपयोग दा नहीं पता हुंदा, क्योंकि कोई भी चीज़ है, कोई भी इंस्टीट्यूशन है दुनिया दे विच, कॉलेज, यूनिवर्सिटी, स्कूल क्यों बनाए गए ने, क्योंकि उत्थे सही ते गलत दा एक दायरा दस्या जांदा है भी ये चीज़ सही है, ये चीज़ गलत है। वरना सानू बुक घर दे विच भी अवेलेबल हो जांदियां ने, हर मेडिसिन सानू घर दे विच अवेलेबल हो सकती है, हर चीज़ सानू घर दे विच अजकल अवेलेबल हो सकती है, लेकिन सानू किसे दे सहारा क्यों चाहिए, किसे दी गाइडेंस क्यों चाहिए है, चाहे वह धार्मिक भक्त हो, चाहे वह दुनियावी भक्त हो। जेकर साढ़े को गुरु नहीं है तो वह ज्ञान का कोई मुल नहीं पैंता। इदां दे लैक्चरां दा तुहानूं की लगता जी बच्चों के उपर असर हो रहा? देखो जो जिस तरह मेरा परसनल एक्सपीरियंस है, जिमें उरे तकरीबन 50 तो लैके 70 दे विच गैदरिंग सीगी, जे इहदे विचों किसी एक तो लैके 5 ने भी 2% अपलाई कर लिया तो मेरे लिए भी नहीं। मेरा तजर्बा यह कहता है कि अजकल बच्चों का नज़रिया बदलन की जरूरत है। सानू वो नज़रिया किवें बदलिया जाऊगा जे उन्होंने दसिया जाए पहला भी यह सही है यह गलत है, क्योंकि अजकल बच्चों का रुझान बनता जा रहा असं इंडिपेंडेंस हो जाइए, जिनी जल्दी असं निर आत्म निर्भर हो जाइए, पर आत्म निर्भर होने की लिमिट दसनी वो साडा फर्ज है। सने तकरीबन पिछले मैनू 2 साल तो मैं ये लैक्चर करता आ रहा, जो बहुत ज़्यादातर लैक्चर मैं कम्यूनिटी हॉल के होंगे ने, तो तकरीबन मैं बहुत अच्छा रिस्पोंस मिलता है। तकरीबन हर तरह के एडिक्शन के उपर साडा लैक्चर होंदा है, और लोकल मेरे बहुत घट हुए ने संगरूर दे एरिए दे विच, क्योंकि उत्थे हॉस्पिटल है साडा, तो उत्थे दे जो पिंड ने उत्थे दे पंच आंदे ने साडे कोले, असी तकरीबन हर 2 महीने दे विच एक ऐसा कोई ना कोई लैक्चर ऑर्गेनाइज करते हैं जिसका लोग फायदा उठा। मैं डॉक्टर मुहम्मद शफीक थिंद, प्रोफेसर गवर्नमेंट कॉलेज मलेरकोटला, असी इत्थे अज कैंप के दौरान जमा हुए हाँ। अज कैंप का NSS कैंप यूनिट 5 यूनिट ने, इत्थे साडा 1 यूनिट चल रहा है जिहड़ा कि अज 6वें दिन दे विच इह कैंप दाखिल हो गया, और इस दे विच असी बच्चों नूं थोड़ा जिहा समाज सेवा दे नाल संबंधित इनवायरमेंट देने की कोशिश करते हैं कि बच्चे इत्थों पढ़ के जाण तों बाद समाज दे विच विचरणगे, तां उहनां नूं समाज दे विच फैलियां हुई कुरीतियां जिहड़ियां हन उन्हों दूर करना है, उन्होंने उन्होंने उस प्रति थोड़ा जागरूक करने की कोशिश करते हाँ, इनवायरमेंट प्रति असी उन्होंने दसते हाँ। इतने असी बच्चे अलग अलग लैक्चर करवाए हैं, जिमें कि अज डॉक्टर नदीम आए हुए सन जो कि साइकोलॉजिस्ट हैं, उन्होंने मोबाइल एडिक्शन के उपर लैक्चर दिता है, और बहुत सारिया गल् सू पता लगिया हैं, बच्चों ने भी बड़ा उसू माणिया है। प्रिंसीपल सरकारी कॉलेज मलेरकोटला गुरप्रीत कौर जी वह भी साढ़े दरम्यान हाजिर सन, ते जिहड़े इत्थे इंचार्ज हैं कोआर्डीनेटर NSS दे अरविंद सोही, प्रोफेसर इकरामुर रहमान, प्रोफेसर जिया जमाल, प्रोफेसर सुहैब साहब, वो सारे इत्थे मौजूद सन, ते सानू बड़ा चंगा लग्या कि वह साढ़े दरम्यान हाजिर होए, और साने इत्थे दा बहुत आनंद माणिया उसका। ते कुछ परसों असी डॉक्टर सलमान जो कि आई स्पैशलिस्ट हैं, उन्होंने भी असी मुद्दोई किया, इत्थे बुलाया सी, उन्होंने बच्चों का आईज़ बारे आईज़ दी देखभाल बारे दस्या सी, और स्पैशल उन्होंने बच्चों का फ्री चैकअप आई चैकअप भी किया, और जो भी इंस्ट्रक्शन सन आईज़ के बारे उन्होंने केयर के बारे वो दित्तिया सन। तो असी आने वाले टाइम के भी असी बच्चों कोशिश करांगे कि उन्होंने मोटीवेट करते रहिए ताकि वह समाज के प्रति अपने जिहड़े जिम्मेदारियां हैं उन्होंने उन्होंने जागरूक रहन, और समाज के फैलिया हुई बुराइयां खत्म करने के लिए यतनबद्ध रहन। बहुत बहुत धन्यवाद। ਉਸਦੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਕਿ ਮਤਲਬ ਇਹਦੇ ਨਾਲ ਫਾਇਦਾ ਹੁੰਦਾ ਸਟੂਡੈਂਟਸ ਨੂੰ? ਸਤਿ ਸ਼੍ਰੀ ਅਕਾਲ ਜੀ, ਆਈ ਐਮ ਡਾਕਟਰ ਗੁਰਪ੍ਰੀਤ ਕੌਰ ਫਰੋਮ ਗਵਰਨਮੈਂਟ ਕਾਲਜ ਮਲੇਰਕੋਟਲਾ। ਸੋ ਇੱਥੇ ਮੈਂ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਹੀ ਜੁਆਇਨ ਕੀਤਾ, ਔਰ ਫਿਰ ਅਸੀਂ ਕੈਂਪਸ ਜਿਹੜੇ ਹੈ ਇਹਨਾਂ ਨੂੰ ਔਰਗਨਾਈਜ਼ ਕੀਤਾ ਵਿਦ ਦਾ ਡਿਊ ਪਰਮਿਸ਼ਨ ਫਰੋਮ ਦਾ ਗਵਰਨਮੈਂਟ। ਤਾਂ ਬਹੁਤ ਜੋ 5 ਯੂਨਿਟ ਹੈ ਸਾਡੇ ਕੋਲ, ਹਰ ਯੂਨਿਟ ਦੇ ਵਿੱਚ ਕਾਫੀ ਪੂਰੇ ਜਿੰਨੇ ਬੱਚੇ ਅਲਾਊਡ ਹੁੰਦੇ ਆ ਅਸੀਂ ਉਹਨਾਂ ਦਾ ਕੈਂਪ ਲਗਾ ਰਹੇ ਹਾਂ, 7 ਡੇਜ਼ ਕੈਂਪ ਹੈ। ਅਤੇ ਇਹ ਕੈਂਪ ਜਿਹੜਾ ਹੈ ਇਹਦਾ ਫਾਇਦਾ ਕੀ ਹੈ, ਜੇ ਦਿਸ ਇਜ਼ ਮਾਈ ਫਸਟ ਐਕਸਪੀਰੀਅੰਸ ਐਜ਼ ਪ੍ਰਿੰਸੀਪਲ ਵਿਦ ਦਿਸ ਕੈਂਪ, ਪਰ ਮੈਨੂੰ ਬਹੁਤ ਅੱਛਾ ਲੱਗਿਆ ਕਿ ਬੱਚੇ ਇਕੱਠੇ ਮਿਲ ਕੇ ਕੰਮ ਕਰਦੇ ਆ। ਦਿਸ ਇਜ਼ ਦਾ ਸਪੈਸ਼ਲ ਥਿੰਗ ਅਬਾਊਟ ਦਿਸ NSS ਕੈਂਪ, ਦੈਟ ਦੇ ਵਰਕ ਟੂਗੈਦਰ, ਦੇ ਲਰਨ ਹਾਊ ਟੂ
ਡਿਵੈਲਪ ਇੰਟਰਪਰਸਨਲ ਰਿਲੇਸ਼ਨਸ਼ਿਪਸ ਔਰ ਜਦੋਂ ਇੱਕ ਗਰੁੱਪ ਦੇ ਵਿੱਚ ਐਜ਼ ਅ ਟੀਮ ਕੰਮ ਕਰਦੇ ਨੇ ਤਾਂ ਉਹ ਕਿਸ ਤਰ੍ਹਾਂ ਨਾਲ ਉਹਨਾਂ ਨੇ ਆਪਣੀ ਐਡਜਸਟਮੈਂਟ ਕਰਨੀ ਹੈ। ਸਿਰਫ ਇੱਕ ਇਹ ਨਹੀਂ ਇੱਕ ਖਾਣਾ ਬਣਾ ਰਹੇ ਹਾਂ, ਸਵੇਰ ਤੋਂ ਆਉਂਦੇ ਆ ਬੱਚੇ ਇੱਥੇ ਐਂਡ ਦੇ ਪ੍ਰਿਪੇਅਰ ਦ ਮੀਲਸ ਔਲਸੋ ਫੋਰ ਦ ਆਫਟਰਨੂਨ। ਲੰਚ ਤਿਆਰ ਕਰਦੇ ਆ ਇੱਥੇ ਔਰ ਕੁਛ ਬੱਚਿਆਂ ਦੀ ਡਿਊਟੀ ਲੰਚ 'ਤੇ ਹੈ, ਕੁਛ ਬੱਚੇ ਜਿਹੜੇ ਹੈ ਜਿਹੜੇ ਬਾਕੀ ਸਫਾਈ ਦਾ ਕੰਮ ਕਰਦੇ ਹੈ, ਵਿੱਚ ਇੰਟਰਨੈਸ਼ਨਲ ਵੁਮੈਨਸ ਡੇ ਵੀ ਆ ਗਿਆ, ਉਸ ਦੀ ਬੱਚਿਆਂ ਨੇ ਰੈਲੀ ਵੀ ਨਿਕਾਲੀ ਗਰਲਸ ਵੁਮੈਨ ਨੂੰ ਜਾਗਰੂਕ ਕਰਨ ਲਈ ਅਬਾਊਟ ਦੇਅਰ ਉਹਨਾਂ ਦੀ ਜਿਹੜੇ ਰਾਈਟਸ ਹੈ ਐਂਡ ਉਸ ਦੇ ਨਾਲ ਨਾਲ ਜਿਹੜਾ ਹੈ ਹੋਰ ਵੀ ਜਿਹੜੇ ਅਸੀਂ ਡਿਸਕਸ਼ਨ ਸੈਮੀਨਾਰ ਵਗੈਰਾ ਹੋਲਡ ਕੀਤੇ, ਡਾਕਟਰਸ ਜਿਹੜੇ ਆ ਡਿਫਰੈਂਟ ਜਿਹੜੇ ਆਈ ਚੈੱਕਅਪ ਕੈਂਪ ਵੀ ਵਿੱਚ ਲਗਾਇਆ ਕਿ ਬੱਚੇ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਬੱਚਿਆਂ ਨੂੰ ਆਈਜ਼ ਦੀ ਪ੍ਰੋਬਲਮ ਆਉਂਦੀ ਹੈ, ਇਸ ਲਈ ਆਈ ਕੈਂਪ ਵੀ ਅਸੀਂ ਔਰਗਨਾਈਜ਼ ਕੀਤਾ। ਇੱਕ ਸਾਈਕੋਲੋਜਿਸਟ ਵੀ ਬੁਲਾਏ ਜਿਨ੍ਹਾਂ ਨੇ ਕਿ ਬੱਚਿਆਂ ਨਾਲ ਡਿਸਕਸ਼ਨ ਕੀਤੀ ਕਿ ਅੱਜ ਕੱਲ੍ਹ ਐਡਿਕਸ਼ਨ ਜਿਹੜੀ ਹੈ ਬਹੁਤ ਜ਼ਿਆਦਾ ਚੱਲ ਰਹੀ ਹੈ ਵਿਦ ਦ ਫੋਨ, ਫੋਨ ਦੀ ਐਡਿਕਸ਼ਨ ਦੇ ਲਈ ਜਿਹੜਾ ਹੈ ਕਿ ਬੱਚਿਆਂ ਕਿਸ ਤਰ੍ਹਾਂ ਉਸਨੂੰ ਕੰਟਰੋਲ ਕਰ ਸਕਦੇ ਹੈ। ਹਾਂਜੀ ਹਾਂਜੀ, ਇੱਕ ਦੱਸੇ ਇੱਕ ਆਈ ਕੈਂਪ ਲਗਾਇਆ, ਉਹਦੇ ਵਿੱਚ ਡਾਕਟਰ ਸਾਹਿਬ ਨੇ ਆਈਜ਼ ਦੀ ਕੇਅਰ ਕਿੱਦਾਂ ਕਰਨੀ ਚਾਹੀਦੀ ਹੈ ਉਸ ਬਾਰੇ ਦੱਸਿਆ ਗਿਆ। ਅਤੇ ਹੋਰ ਸਾਡੇ ਜਿਹੜੇ ਆਪਣੇ ਹੀ ਇੱਥੇ ਟੀਚਰਸ ਹੈ, ਲੈਕਚਰ ਸੀਨੀਅਰ ਟੀਚਰਸ ਹੈ, ਉਹਨਾਂ ਨੇ ਵੀ ਬੱਚਿਆਂ ਨੂੰ ਡਿਫਰੈਂਟ ਡਿਫਰੈਂਟ ਆਸਪੈਕਟਸ ਦੇ ਲੈਕਚਰ ਦਿੱਤੇ। ਸੋ ਇਹ ਕਿਹਾ ਜੇ ਆਪਾਂ ਸੋਚਣਾ ਚਾਹੀਏ ਕਿ NSS ਕੈਂਪ ਦੇ ਵਿੱਚ ਕੀ ਬੱਚਿਆਂ ਦਾ ਫਾਇਦਾ ਹੁੰਦਾ, ਉਹਨਾਂ ਦੀ ਜਿਹੜੀ ਪਰਸਨੈਲਿਟੀ ਹੈ ਉਹ ਡਿਵੈਲਪ ਹੁੰਦੀ ਹੈ ਔਰ ਉਹ ਅਲੱਗ ਅਲੱਗ ਤਰ੍ਹਾਂ ਦੇ ਕੰਮ, ਕਿਉਂਕਿ ਵਿੱਚ ਕੁਛ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਲੀਡਰ ਵੀ ਬਣਾਉਂਦੇ ਹਾਂ ਕਿ ਤੁਸੀਂ ਇਹ ਵਾਲੀ ਐਕਟੀਵਿਟੀ ਹੈ ਇਹ ਤੁਸੀਂ ਸਾਰੀ ਔਰਗਨਾਈਜ਼ ਕਰਨੀ ਹੈ ਔਰ ਉਸਨੂੰ ਦੇਖਣਾ ਔਰ ਪੂਰਾ ਅੰਜਾਮ ਦੇਣਾ, ਅਤੇ ਉਹ ਬੱਚੇ ਜਿਹੜੇ ਆ ਬੜੀ ਅੱਛੀ ਤਰ੍ਹਾਂ ਨਾਲ ਸਾਰੇ ਬਾਕੀ ਬੱਚਿਆਂ ਨਾਲ ਟੀਮ ਵਰਕ ਦੀ ਤਰ੍ਹਾਂ ਬਹੁਤ ਅੱਛਾ ਕੰਮ ਕਰਦੇ ਹੈ। ਸੋ ਸਭ ਤੋਂ ਜ਼ਿਆਦਾ ਜਿਹੜੀ ਇੰਪੋਰਟੈਂਟ ਚੀਜ਼ ਹੈ ਦੈਟ ਇਜ਼ ਟੀਮ ਵਰਕ, ਜਿਵੇਂ ਅਸੀਂ ਸਪੋਰਟਸ ਕਹਿੰਦੇ ਹਾਂ ਬਹੁਤ ਇੰਪੋਰਟੈਂਟ ਹੈ, ਇਸ ਲਈ ਕਿ ਟੀਮ ਵਰਕ ਆਉਂਦਾ ਬੱਚਿਆਂ ਨੂੰ ਕਿ ਇਕੱਠੇ ਮਿਲ ਕੇ ਕਿਸ ਤਰ੍ਹਾਂ ਨਾਲ ਕੰਮ ਕਰਨਾ ਔਰ ਆਪਣੇ ਗੋਲ ਨੂੰ ਅਚੀਵ ਕਰਨਾ। ਸੋ ਦੈਟ ਦੇ ਲਰਨ, ਉਸ ਦੇ ਨਾਲ ਨਾਲ ਇੱਕ ਸਰਵਿਸ ਵਾਲੀ ਭਾਵਨਾ ਆਉਂਦੀ ਹੈ, ਸੇਵਾ ਦੀ ਭਾਵਨਾ ਕਿ ਜਗ੍ਹਾ ਜਗ੍ਹਾ 'ਤੇ ਕੋਲੇਜ ਦੇ ਬੜੇ ਸਾਰੇ ਜਗ੍ਹਾ 'ਤੇ ਸਫਾਈ ਵਾਲਾ ਕੰਮ ਕਰਦੇ ਹੈ, ਪੇਂਟਿੰਗਸ ਬਣਾ ਰਹੇ ਹੈ ਜਿਹੜੇ ਸਾਡੇ ਕੋਲੇਜ ਵਿੱਚ ਲੱਗੀਆਂ ਹੋਈਆਂ ਬਣੀਆਂ ਹੋਈਆਂ ਆਲਰੇਡੀ, ਉਹਨਾਂ ਨੂੰ ਠੀਕ ਕਰਦੇ ਹੈ ਔਰ ਇੱਕ ਜਿਹੜੇ ਸਾਡੇ ਟਰੀਜ਼ ਹੈਗੇ ਆ ਉਹਨਾਂ ਦੇ ਜਿਹੜਾ ਪੇਂਟ ਨੀਚੇ ਪੇਂਟ ਕਰ ਦਿੰਦੇ ਆ, ਵਾਈਟ ਪੇਂਟ ਕਰ ਦਿੰਦੇ ਆ, ਕਲੀ ਕਰ ਦਿੰਦੇ ਆ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਜਿਹੜੇ ਹੈ ਕਰ ਰਹੇ ਆ ਡਿਫਰੈਂਟ ਜਗ੍ਹਾ ਡਿਪਾਰਟਮੈਂਟਸ, ਕਈ ਐਸੇ ਕਮਰੇ ਆ ਜਿੱਥੇ ਕਿ ਬਹੁਤ ਕੁਛ ਐਵੇਂ ਹੀ ਪਿਆ ਹੋਇਆ, ਉੱਥੇ ਦੀ ਸਫਾਈ ਵੀ ਬੱਚੇ ਕਰ ਰਹੇ ਹੈ। ਸੋ ਇਹ ਸੇਵਾ ਭਾਵਨਾ ਵੀ ਜਾਗਰੂਕ ਹੁੰਦੀ ਹੈ ਅਤੇ ਟੀਮ ਸਪਿਰਿਟ ਵੀ ਬੱਚਿਆਂ ਵਿੱਚ ਆਉਂਦੀ ਹੈ ਔਰ ਲੀਡਰਸ਼ਿਪ ਕੁਆਲਿਟੀਜ਼ ਵੀ ਡਿਵੈਲਪ ਹੁੰਦੀ ਹੈ। ਜੇ ਆਲ ਥਰੀ ਆਰ ਵੈਰੀ ਇੰਪੋਰਟੈਂਟ ਟੂ ਲੀਡ ਅ ਸਕਸੈਸਫੁਲ ਲਾਈਫ ਲੇਟਰ ਔਨ ਵੈਨ ਦੇ ਗੋ ਇਨ ਟੂ ਦਾ ਸੋਸਾਇਟੀ, ਸੋ ਦੈਟ ਦੇ ਕੈਨ ਕੰਟਰੀਬਿਊਟ ਪ੍ਰੋਡਕਟਿਵਲੀ ਟੂ ਦਾ ਸੋਸਾਇਟੀ ਟੂ ਦਾ ਨੇਸ਼ਨ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੇ ਕੈਂਪਾਂ ਨਾਲ ਇੱਕ ਅੱਛੇ ਨਾਗਰਿਕ, ਅੱਛੇ ਸਮਾਜ, ਹਾਂਜੀ ਬਿਲਕੁਲ ਜੀ ਬਿਲਕੁਲ, ਸੋਸਾਇਟੀ ਨੂੰ ਪੋਜ਼ਿਟਿਵਲੀ ਕੰਟਰੀਬਿਊਟ ਕਰ ਸਕਦੇ ਹਾਂ ਲੇਟਰ ਔਨ। ਮੈਂ ਪ੍ਰੋਫੈਸਰ ਕੁਮਾਰ ਨਹੀਂ ਵੇਖਿਆ, ਇਹਨਾਂ ਨੂੰ ਮੈਂ ਨਹੀਂ ਵੇਖਿਆ, ਇਹਨਾਂ ਨੇ ਇੱਥੋਂ ਮੈਨੂੰ ਵੇਖ ਲਿਆ ਅਤੇ ਮੈਂ ਮੁੜ ਰਿਹਾ ਸੀ। ਅਤੇ ਸਭ ਤੋਂ ਵੱਡੀ ਗੱਲ ਮਤਲਬ ਖੁਸ਼ੀ ਵਾਲੀ ਇਹ ਕਿ ਮਤਲਬ ਕੀ ਨਾਮ ਹੈ ਤੁਹਾਡਾ? ਮਨੀਸ਼ਾ। ਅੱਛਾ, ਅੱਜ ਤੁਸੀਂ NSS ਦਾ ਕੈਂਪ ਲਾਇਆ, ਕੀ ਮਤਲਬ ਹੈ ਜੀ NSS ਦਾ ਕੈਂਪ ਦਾ, ਕੀ ਕਰਦੇ ਹੋ ਇਹਦੇ ਵਿੱਚ? ਇਹਦੇ ਵਿੱਚ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ, ਮਸਲਾਂ ਤੋਂ ਅਤੇ ਜਿਸ ਤਰ੍ਹਾਂ ਕਿ ਕਾਲਜ ਦੀ ਸਫਾਈ ਵਗੈਰਾ ਸਾਰਾ ਮੇਨਟੇਨ ਕਿਵੇਂ ਕਰਨਾ ਹੈ, ਆਪਣੀ ਆਪਣੀ ਜ਼ਿੰਮੇਵਾਰੀਆਂ ਕਿਵੇਂ ਦੇਣੀਆਂ ਨੇ, ਇਹ ਸਾਰਾ ਕੁਛ। ਐਂਡ ਮੈਂ MSCIT ਫਸਟ ਇਅਰ ਸਟੂਡੈਂਟ ਹਾਂ ਅਤੇ ਮੈਨੇ ਫਸਟ ਵਾਰ ਕੈਂਪ ਲਗਾਇਆ ਇਹ ਵਾਲਾ, ਅਤੇ ਇਹਦੇ ਵਿੱਚ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ, ਜਿਵੇਂ ਕਿ ਇਕੱਠੇ ਰਹਿਣਾ ਸਿੱਖਣ ਨੂੰ ਮਿਲਿਆ ਆ, ਕੋਈ ਵੀ ਚੀਜ਼ ਕਿਸੇ ਵੀ ਜਗ੍ਹਾ 'ਤੇ ਐਡਜਸਟ ਕਰਨਾ ਸਿੱਖਣ ਨੂੰ ਮਿਲਿਆ, ਐਡਜਸਟ ਕਰ ਸਕਦੇ ਹਾਂ, ਕਿਵੇਂ ਐਡਜਸਟ ਕਰ ਸਕਦੇ ਹਾਂ, ਅਤੇ ਬਹੁਤ ਕੁਛ ਸਿੱਖਣ ਨੂੰ ਮਿਲਿਆ, ਨਿਊ ਨਿਊ ਫਰੈਂਡਸ ਮਿਲੇ ਹੈ। ਅਮਰਜੀਤ ਕੌਰ। ਅੱਛਾ, ਕਿਹੜੀ ਕਲਾਸ 'ਚ ਪੜ੍ਹਦੇ ਹੋ? BA ਫਸਟ। ਅੱਛਾ, ਅੱਜ NSS ਉਹਦੇ ਕੈਂਪ ਲੱਗਿਆ, ਕਿੰਨੇ ਦਿਨ ਹੋ ਗਏ ਲੱਗੇ ਨੂੰ ਕੈਂਪ? ਹਾਂਜੀ, ਅੱਜ 6ਵਾਂ ਦਿਨ ਹੈਗਾ, ਕੱਲ੍ਹ ਸਾਡਾ ਲਾਸਟ ਡੇ ਹੈਗਾ, 7 ਦਿਨਾਂ ਦਾ ਕੈਂਪ ਸੀਗਾ ਅਤੇ ਬਹੁਤ ਵਧੀਆ, ਸਾਨੂੰ ਕੁਛ ਬਹੁਤ ਸਿੱਖਣ ਨੂੰ ਮਿਲਿਆ। ਕਿਸ ਤਰ੍ਹਾਂ ਦੇ ਲੈਕਚਰ ਹੋਏ ਨੇ? ਹਾਂਜੀ, ਇੱਥੇ ਮੋਬਾਈਲ ਐਡਿਕਸ਼ਨ ਦਾ ਜਿੱਦਾਂ, ਹਾਂਜੀ ਮੋਬਾਈਲ ਐਡਿਕਸ਼ਨ ਬਹੁਤ, ਇੱਥੇ ਸਾਡੇ ਕੰਪੀਟੀਸ਼ਨ ਵੀ ਹੋਇਆ ਗੇ, ਬਹੁਤ ਵਧੀਆ, ਬਹੁਤ ਕੁਛ ਸਿੱਖਣ ਨੂੰ ਮਿਲਿਆ ਗਾ ਸਾਨੂੰ। NSS ਨੈਸ਼ਨਲ ਸਰਵਿਸ ਸਕੀਮ, ਇੱਥੇ ਅਸੀਂ ਇਹ ਮਤਲਬ ਕਿ ਫਸਟ ਈਅਰ ਹੈ ਮੇਰਾ, ਮੈਂ ਫਸਟ ਵਾਰ ਲਗਾਇਆ
ਅਤੇ ਮਤਲਬ ਅਸੀਂ ਇੱਥੇ ਇੰਨਾ ਕੁਛ ਸਿੱਖ ਲਿਆ ਕਿ ਅਸੀਂ ਮਤਲਬ ਟੀਚਰਸ ਦੇ ਐਕਸਪੀਰੀਅੰਸ ਸਾਡੇ ਟੀਚਰਸ ਨੇ ਬਹੁਤ ਸ਼ੇਅਰ ਕੀਤੇ ਸਾਡੇ ਨਾਲ ਸਾਡੇ ਆਈ ਕੈਂਪ ਵਗੈਰਾ ਲੱਗੇ ਨੇ ਇੱਥੇ ਆਈ ਕੈਂਪ ਹੋਏ ਨੇ ਮਤਲਬ ਅੱਜ ਜਿੱਦਾਂ ਆਏ ਸੀਗੇ ਬਾਹਰ ਡਾਕਟਰ ਆਏ ਸਾਈਕੇਟ੍ਰਿਸਟ ਆਏ ਸੀਗੇ ਉਹਨਾਂ ਦੇ ਵਿਊਜ਼ ਬਹੁਤ ਵਧੀਆ ਲੱਗੇ ਸਾਡੇ ਕਿੰਨੇ ਪੁਰਾਣੇ ਜਿਹੜੇ ਰਿਟਾਇਰ ਹੋ ਗਏ ਪ੍ਰੋਫੈਸਰ ਸਰ ਉਹਨਾਂ ਦੇ ਉਹ ਸੀਗੇ ਅਤੇ ਲੈਕਚਰ ਹੋਏ ਨੇ ਅਤੇ ਸਾਡੇ ਇਸ਼ਫੀਕ ਸਰ ਨੇ ਸਾਡੇ ਇਕਰਾਮੁਰ ਰਹਿਮਾਨ ਸਰ ਨੇ ਸਾਡੇ ਨਾਲ ਬਹੁਤ ਵਧੀਆ ਆਪਣੇ ਜਿਹੜੇ ਵਿਊਜ਼ ਨੇ ਉਹ ਸ਼ੇਅਰ ਕੀਤੇ ਨੇ ਥੈਂਕ ਯੂ ਕਈ ਦਿਨਾਂ ਤੋਂ ਇਲਾਕੇ ਵਿੱਚ ਪ੍ਰਾਈਵੇਟ ਹਸਪਤਾਲ ਦੀ ਅਨਟ੍ਰੇਨਡ ਦਾਈ ਵੱਲੋਂ ਇੱਕ ਗਰਭਵਤੀ ਔਰਤ ਦਾ ਉਸ ਅਤੇ ਉਸਦੇ ਵਾਰਸਾਂ ਦੀ ਸਹਿਮਤੀ ਤੋਂ ਉਲਟ ਗਰਭਪਾਤ ਕਰਨ ਦਾ ਮਾਮਲਾ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਇਆ। ਜਿਸ ਸੰਬੰਧੀ ਡਾਕਟਰ ਕਰਮਵੀਰ ਅਨੁਸਾਰ ਸਿਵਲ ਹਸਪਤਾਲ ਵਿਖੇ ਕੁਝ ਦਿਨ ਪਹਿਲਾਂ ਸ਼ਬਾਨਾ ਪਤਨੀ ਅਜਹਰ ਨਾਂ ਦਾ ਮਰੀਜ਼ ਦਾਖਲ ਹੋਇਆ ਸੀ, ਜਿਸ ਦੇ ਮਾਮਲੇ ਨੂੰ ਸ਼ੱਕੀ ਮਹਿਸੂਸ ਕਰਦਿਆਂ ਪੁਲਿਸ ਦੀ ਮੰਗ 'ਤੇ ਹਸਪਤਾਲ ਦੇ ਤਿੰਨ ਡਾਕਟਰਾਂ ਡਾਕਟਰ ਕਰਨਵੀਰ, ਡਾਕਟਰ ਸ਼ਿਪਰਾ ਵਿਗ ਅਤੇ ਡਾਕਟਰ ਗਿਫਟੀ 'ਤੇ ਆਧਾਰਿਤ ਇੱਕ ਬੋਰਡ ਗਠਿਤ ਕੀਤਾ ਗਿਆ ਸੀ, ਜਿਸ ਨੇ ਪੂਰੇ ਮਾਮਲੇ ਦੀ ਨਵੇਂ ਸਿਰੇ ਤੋਂ ਜਾਂਚ ਕੀਤੀ ਅਤੇ ਬੋਰਡ ਇਸ ਨਤੀਜੇ 'ਤੇ ਪਹੁੰਚਿਆ ਸੀ ਕਿ ਉਕਤ ਮਾਮਲੇ ਵਿੱਚ ਮਰੀਜ਼ ਗਰਭਵਤੀ ਸੀ ਅਤੇ ਸਿਵਲ ਹਸਪਤਾਲ ਆਉਣ ਤੋਂ ਪਹਿਲਾਂ ਹੀ ਉਸਦਾ ਗਰਭਪਾਤ ਕੀਤਾ ਜਾ ਚੁੱਕਾ ਸੀ। ਆਪਣੇ ਦਿੱਤੇ ਬਿਆਨ ਵਿੱਚ ਪੀੜਤ ਸ਼ਾਬਾਨਾ ਦਾ ਕਹਿਣਾ ਸੀ ਕਿ ਉਹ 3 ਮਹੀਨੇ ਦੀ ਗਰਭਵਤੀ ਹੈ ਅਤੇ ਐਤਵਾਰ ਦੇ ਦਿਨ ਜਦੋਂ ਉਸ ਨੂੰ ਪੇਟ ਵਿੱਚ ਕੁਝ ਤਕਲੀਫ ਮਹਿਸੂਸ ਹੋਈ ਤਾਂ ਉਹ ਛੁੱਟੀ ਦਾ ਦਿਨ ਹੋਣ ਦੇ ਕਾਰਨ ਸਿਵਲ ਹਸਪਤਾਲ ਜਾਣ ਦੀ ਬਜਾਏ ਆਪਣੇ ਪਤੀ ਅਤੇ ਭੈਣ ਦੇ ਨਾਲ ਮੁਹੱਲਾ ਜੋੜਿਆਂ ਵਿਖੇ ਆਪਣੇ ਘਰ ਵਿੱਚ ਹਸਪਤਾਲ ਚਲਾ ਰਹੀ ਦਾਈ ਸੀਮਾ ਕੋਲ ਪਹੁੰਚ ਗਏ, ਜਿੱਥੇ ਉਸਨੇ ਉਸ ਅਤੇ ਉਸਦੇ ਵਾਰਸਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਸਦਾ ਗਰਭਪਾਤ ਕਰ ਦਿੱਤਾ। ਸ਼ਾਬਾਨਾ ਅਨੁਸਾਰ ਉਹ ਬੇਹੋਸ਼ ਸੀ ਅਤੇ ਸਿਵਲ ਹਸਪਤਾਲ ਵਿਖੇ ਹੋਸ਼ ਆਉਣ 'ਤੇ ਉਸਨੂੰ ਸਾਰੇ ਮਾਮਲੇ ਦਾ ਪਤਾ ਚੱਲਿਆ। ਉਸਨੇ ਦਾਈ ਸੀਮਾ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਥਾਣਾ ਸਿਟੀ 2 ਦੇ ਇੰਚਾਰਜ ਜਸਵੀਰ ਸਿੰਘ ਦੇ ਅਨੁਸਾਰ ਉਕਤ ਮਾਮਲੇ ਵਿੱਚ ਮੁੱਦਾ ਹੀ ਆਪਣੇ ਬਿਆਨ ਤੋਂ ਬਾਅਦ ਵਿੱਚ ਮੁੱਕਰ ਗਈ ਹੈ, ਇਸ ਲਈ ਕੋਈ ਕਾਰਵਾਈ ਹੁਣ ਲੋੜੀਂਦੀ ਨਹੀਂ ਹੈ। ਦੱਸਣਾ ਬਣਦਾ ਕਿ ਗਠਿਤ ਬੋਰਡ ਦੀ ਰਿਪੋਰਟ ਦੇ ਅਨੁਸਾਰ ਮਹਿਲਾ ਦਾ ਗਰਭਪਾਤ ਕੀਤਾ ਗਿਆ ਹੈ, ਜੋ ਕਿ ਇੱਕ ਜੁਰਮ ਹੈ। ਇਹ ਵੀ ਦੱਸਣਯੋਗ ਹੈ ਕਿ ਜੇਕਰ ਮੁੱਦਈ ਕਿਸੇ ਦਬਾਓ ਜਾਂ ਲਾਲਚ ਬਸ ਮੁੱਕਰ ਗਈ ਹੈ ਤਾਂ ਗਰਭਪਾਤ ਦਾ ਹੋਣਾ ਵੀ ਭੁਲਾਇਆ ਜਾ ਸਕਦਾ ਹੈ ਅਤੇ ਉਕਤ ਗਰਭਪਾਤ ਇੱਕ ਅਨਟ੍ਰੇਨਡ ਦਾਈ ਵੱਲੋਂ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਚੱਲਦੇ ਹਸਪਤਾਲ ਵਿੱਚ ਕੀਤਾ ਗਿਆ। ਉਸ ਬਾਰੇ ਪੁਲਿਸ ਅਤੇ ਸਿਹਤ ਵਿਭਾਗ ਕੀ ਕਰ ਸਕਦਾ ਹੈ? ਆਵਾਜ਼ ਕੰਮ ਟੀਵੀ ਲਈ ਮਲੇਰਕੋਟਲਾ ਤੋਂ ਪੱਤਰਕਾਰ ਸ਼ਾਹਿਦ ਜਵੈਰੀ ਦੀ ਰਿਪੋਰਟ। ਕੀ ਨਾਮ ਤੁਹਾਡਾ ਜੀ? ਸ਼ੁਭਾਨਾ। ਅੱਛਾ, ਕੀ ਹੋਇਆ ਤੁਹਾਡੇ ਨਾਲ, ਕੀ ਪ੍ਰੋਬਲਮ ਸੀ ਤੁਹਾਨੂੰ? ਮੈਂ 3 ਮਹੀਨੇ ਦੀ ਪ੍ਰੈਗਨੈਂਟ ਸੀ ਮੈਂ। ਅੱਛਾ ਜੀ, ਮੈਂ ਸੰਡੇ ਵਾਲੇ ਦਿਨ ਮੇਰੀ ਤਬੀਅਤ ਖਰਾਬ ਹੋ ਗਈ ਸੀ, ਅਚਾਨਕ ਬਹੁਤ ਜ਼ਿਆਦਾ ਬਲੀਡਿੰਗ ਹੋ ਰਹੀ ਸੀ। ਮੇਰੀ ਭੈਣ ਅਤੇ ਮੇਰਾ ਘਰ ਵਾਲਾ ਮੈਨੂੰ ਸੀਮਾ ਦੇ ਕੋਲ ਲੈ ਕੇ ਗਏ। ਮੇਰੀ ਭੈਣ ਨੂੰ ਪਤਾ ਸੀ। ਸੀਮਾ ਕੌਣ ਹੈ? ਡਾਕਟਰ ਦਾਈ ਆ ਜੀ, ਇੱਕ ਦਾਈ ਪੁਣੇ ਦਾ ਕੰਮ ਕਰਦੀ ਆ। ਕਿੱਥੇ ਕਰਦੀ ਆ? ਜੋੜਿਆਂ 'ਚ ਉਹਦਾ ਘਰ ਆ। ਉਹਦੇ ਘਰ ਹੀ ਬਣਿਆ ਹੋਇਆ ਸਾਰਾ ਸਿਸਟਮ। ਫਿਰ ਮੇਰੀ ਭੈਣ ਨੂੰ ਮੈਨੇ ਕਿਹਾ ਵੀ ਆਪਾਂ ਪਹਿਲਾਂ ਉਹਨੂੰ ਦਿਖਾ ਲੈਂਦੇ ਹਾਂ, ਅੱਜ ਸੰਡੇ ਆ, ਹਸਪਤਾਲ ਦਾ ਕੋਈ ਪਤਾ ਨਹੀਂ। ਉਹ ਕਹਿੰਦੇ ਠੀਕ ਆ, ਆਪਾਂ ਉੱਥੇ ਚੱਲਦੇ ਹਾਂ। ਅਸੀਂ ਉੱਥੇ ਚਲੇ ਗਏ, ਜਾਣ ਦੇ ਬਾਅਦ ਉੱਥੇ ਤੱਕ ਜਦ ਪਹੁੰਚੇ ਰਾਸਤੇ ਦੇ ਵਿੱਚ ਲੱਗਦਾ ਮੈਨੂੰ ਬੇਹੋਸ਼ ਹੋ ਗਈ ਸੀ ਮੈਂ। ਉੱਥੇ ਤੱਕ ਜਾਂਦੇ ਮੈਨੂੰ ਕੋਈ ਹੋਸ਼ ਨਹੀਂ ਹੋਇਆ। ਜਦ ਮੈਂ ਉੱਠੀ ਹਾਂ, ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਹੋਊਗਾ, ਉਸ ਤੋਂ ਬਾਅਦ ਮੈਂ ਉੱਠੀ ਹਾਂ, ਮੈਨੂੰ ਪਤਾ ਲੱਗਿਆ ਵੀ ਉਹਨੇ ਬੇਹੋਸ਼ ਨਹੀਂ ਕਰਤਾ। ਮੇਰੀ ਸੱਸ ਉਹਨੇ ਸਾਰੇ ਉੱਥੇ ਪਹੁੰਚੇ ਹੋਏ ਸੀ, ਕਾਫੀ ਰੌਲਾ ਪੈ ਰਿਹਾ ਸੀ ਉੱਥੇ, ਮੈਨੂੰ ਪਤਾ ਲੱਗਿਆ ਬਿਨਾਂ ਦੱਸੇ ਕਰਤਾ, ਮੈਨੂੰ ਕੁਛ ਨਹੀਂ ਪਤਾ ਹੈਗਾ। ਹੁਣ ਤੁਸੀਂ ਕੀ ਚਾਹੁੰਦੇ ਹੋ? ਮੈਂ ਉਹਨੂੰ ਸਜ਼ਾ ਦੇਵਾਉਣਾ ਚਾਹੁੰਦੀ ਹਾਂ, ਇਨਸਾਫ ਚਾਹੀਦਾ ਮੈਨੂੰ। ਹੋਰ ਕੁਛ ਨਹੀਂ। ਸਰ, ਇੱਕ ਸ਼ਬਾਨਾ ਵਾਈਫ ਆਫ ਅਜ਼ਹਰ ਦਾ ਇੱਕ ਮਾਮਲਾ ਸੀਗਾ, ਉਹਦੇ ਵਿੱਚ ਪਤਾ ਇਹ ਲੱਗਿਆ ਸੀਗਾ ਕਿਸੇ ਪ੍ਰਾਈਵੇਟ ਦਾਈ ਨੇ ਅਬੋਰਸ਼ਨ ਕੀਤਾ। ਉਹ ਮਾਮਲਾ ਇੱਥੇ ਸਿਵਲ ਹਸਪਤਾਲ ਆ ਗਿਆ ਸੀਗਾ ਅਤੇ ਉਹਦੇ ਵਿੱਚ ਸ਼ਾਇਦ ਬੋਰਡ ਵੀ ਬਣਿਆ ਸੀਗਾ, ਅਤੇ ਉਹਦੇ ਬਾਰੇ ਕੁਛ ਦੱਸੋਗੇ? ਜੇ ਬੋਰਡ ਬਣਿਆ ਸੀ ਤਾਂ ਉਹ 'ਚ ਕੌਣ ਸੀਗੇ ਅਤੇ ਕੀ ਬੋਰਡ ਦੇ ਵਿੱਚ ਮੰਗ ਕੀਤੀ ਗਈ ਸੀ ਅਤੇ ਕੀ ਉਹਦੀ ਰਿਪੋਰਟ ਹੈ? ਬੋਰਡ ਦੇ ਵਿੱਚ ਪੁਲਿਸ ਡਿਪਾਰਟਮੈਂਟ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਜਿਹੜਾ ਪੇਸ਼ੈਂਟ ਸ਼ਬਾਨਾ ਦਾਖਲ ਹੋਇਆ ਹੈ ਕਿ ਕੀ ਉਹ ਗਰਭਵਤੀ ਹੈ ਸੀ ਜਾਂ ਕੀ ਉਹਦਾ ਅਬੋਰਸ਼ਨ ਕੀਤਾ ਗਿਆ ਸੀ ਜਾਂ ਉਹਦਾ ਆਪੇ ਆਪ ਅਬੋਰਸ਼ਨ ਹੋ ਗਿਆ ਸੀ, ਉਸ ਚੀਜ਼ ਦੀ ਉਹਨਾਂ ਨੇ ਡਾਕਟਰੀ ਜਾਂਚ ਕਰਨ ਲਈ ਮੰਗ ਕੀਤੀ ਸੀ, ਜਿਹਦੇ ਵਿੱਚ ਐਸਓ ਸਾਹਿਬ ਵੱਲੋਂ ਬੋਰਡ ਬਣਾਇਆ ਗਿਆ ਸੀ ਜਿਹਦੇ 3 ਮੈਂਬਰ ਸਨ, ਜਿਹਦੇ ਵਿੱਚੋਂ ਮੈਂ, ਇੱਕ ਗਾਇਨੇਕੋਲੋਜਿਸਟ ਡਾਕਟਰ ਕਰਨਵੀਰ, ਦੂਸਰੇ ਡਾਕਟਰ ਸ਼ਿਪਰਾ, ਤੀਸਰੇ ਡਾਕਟਰ ਗਿਫਟੀ ਸਿੰਗਲਾ ਸਨ। ਅਸੀਂ ਆਪਣੀ ਬੋਰਡ ਦੀ ਫਾਈਨਲ ਰਿਪੋਰਟ ਬਣਾ ਕੇ ਮਰੀਜ਼ ਦੀ ਜਾਂਚ ਕਰਕੇ ਫਾਈਲ ਦੀ, ਡਾਕਟਰਸ ਨੇ ਜੋ ਫਾਈਲ ਦੇ ਵਿੱਚ ਵੇਰਵਾ ਪਾਇਆ ਮਰੀਜ਼ ਨੂੰ ਚੈੱਕ ਕਰਕੇ, ਉਹ ਸਾਰੀ ਫਾਈਨਲ ਰਿਪੋਰਟ ਬਣਾ ਕੇ ਇਸ ਨਤੀਜੇ 'ਤੇ ਪਹੁੰਚੇ ਸੀ ਕਿ ਉਹ ਪੇਸ਼ੈਂਟ ਦੀ ਜਿਹੜੀ ਪ੍ਰੈਗਨੈਂਸੀ ਟੈਸਟ ਰਿਪੋਰਟ ਵੀਕਲੀ ਪੋਜ਼ਿਟਿਵ ਸੀ, ਜਿਹੜੀ ਕਿ ਇਹ ਦੱਸਦੀ ਹੈ ਕਿ ਉਹ ਪੇਸ਼ੈਂਟ ਪ੍ਰੈਗਨੈਂਟ ਸੀ, ਪਹਿਲੀ ਗੱਲ। ਦੂਜੀ ਗੱਲ, ਉਹ ਪੇਸ਼ੈਂਟ, ਦੂਜੇ ਇਹ ਪੁੱਛਿਆ ਗਿਆ ਸੀਗਾ ਕਿ ਅਬੋਰਸ਼ਨ ਹੋਇਆ ਹੈ ਜਾਂ ਆਪੀ ਕੀਤਾ ਗਿਆ ਜਾਂ ਆਪੀ ਹੋਇਆ, ਉਹਦੇ ਵਿੱਚ ਉਹਨੂੰ ਬਲੀਡਿੰਗ ਅਲਟਰਾਸਾਊਂਡ ਦੇ ਵਿੱਚ ਹਲਕੀ ਬਲੀਡਿੰਗ ਸ਼ੋਅ ਕਰਦੀ ਹੈ। ਇਹ 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 ਚੀਜ਼ ਜ਼ਿਆਦਾਤਰ ਇਸ ਲਾਈਨ ਵੱਲ ਜਾਂਦੀ ਹੈ ਕਿ ਉਹਦਾ ਅਬੋਰਸ਼ਨ ਕੀਤਾ ਗਿਆ ਸੀ, ਅਤੇ ਬਾਕੀ ਉਸ ਤੋਂ ਇਲਾਵਾ
ਪੇਸ਼ੈਂਟ ਸਟੇਬਲ ਕੰਡੀਸ਼ਨ 'ਚ ਸਾਡੇ ਕੋਲ ਰਿਹਾ ਤਕਰੀਬਨ 3 ਜਾਂ 4 ਜਾਂ 4 ਮਹੀਨਾ ਪੇਸ਼ੈਂਟ ਦੇ ਅਕੋਰਡਿੰਗ ਦੱਸਦੇ ਪਤਾ ਲੱਗ ਰਿਹਾ ਸੀ। ਬਾਕੀ ਰਿਪੋਰਟਸ ਦੇ ਹਿਸਾਬ ਨਾਲ ਇਹ ਕਲੀਅਰਲੀ ਨਹੀਂ ਪਤਾ ਲੱਗਦਾ ਹੁੰਦਾ, ਪੇਸ਼ੈਂਟ ਦੇ ਦੱਸਣ ਨਾਲ ਪਤਾ ਲੱਗ ਗਿਆ ਸੀ ਕਿ ਉਹ 3 ਜਾਂ 4 ਮਹੀਨੇ ਦੀ ਪ੍ਰੈਗਨੈਂਸੀ ਹੈਗੀ ਸੀ। ਕੀ ਨਾਮ ਹੈ? ਮੁਹੰਮਦ ਅਜੇ। ਅੱਛਾ, ਕੀ ਹੋਇਆ ਸੀਗਾ ਤੇਰੇ ਵਾਈਫ ਨਾਲ? ਮੇਰੀ ਵਾਈਫ ਨੂੰ ਇਤਵਾਰ ਵਾਲੇ ਦਿਨ ਸੁਬਹਾ ਡੇਟ ਵੀ ਬਲੈਡਿੰਗ ਆਉਣ ਲੱਗ ਗਈ। ਠੀਕ ਹੈ। ਤਾਂ ਮੈਨੇ ਫਿਰ ਮੈਂ ਸਹੁਰੇ ਦੇ ਤਾਂ ਵੀ ਤਾਂ ਮੈਨੂੰ ਉੱਥੇ ਆਪਣੀ ਸਾਲੀ ਨੂੰ ਫੋਨ, ਸਾਲੇ ਨੂੰ ਕਿਹਾ ਵੀ ਤੂੰ ਮੇਰੀ ਉਹਨੂੰ ਆਪਣੀ ਸ਼ਿਫਟ ਨੂੰ ਲਿਆ, ਮੇਰੀ ਸਾਲੀ ਆਈ। ਫਿਰ ਅਸੀਂ ਹੋਸਪਿਟਲ ਜਾ ਰਹੇ ਤੇ ਉਹ ਕਹਿੰਦੀ ਹੋਸਪਿਟਲ ਤਾਂ ਆਪਾਂ ਨੂੰ ਡਾਕਟਰ ਮਿਲਣਾ ਨਹੀਂ, ਆਪਾਂ ਵੀ ਦਾਈ ਦੇ ਵੀ ਮੈਨੇ ਵੀ ਉਹ ਤੋਂ ਹੀ ਕਰਵਾਇਆ ਤਾਂ ਆਪਾਂ ਦਾਈ ਦੇ ਚੱਲਦੇ ਹਾਂ, ਉਹਨੂੰ ਚੈੱਕ ਕਰਾ ਦਿੰਦੇ, ਜੇ ਉਨੀ ਕੋਈ ਗੱਲ ਹੋਊਗੀ ਆਪਾਂ ਫਿਰ ਆਪਾਂ ਅੱਗੇ ਦਿਖਾ ਦਾਂਗੇ। ਤਾਂ ਅਸੀਂ ਉੱਥੇ ਪਹੁੰਚੇ ਤਾਂ ਜਿਹੜੀ ਮੇਰੀ ਘਰ ਵਾਲੀ ਹੈ ਤਾਂ ਉੱਥੇ ਉਹ ਰਾਸਤੇ ਹੀ ਬੇਹੋਸ਼ ਹੋ ਗਈ ਸੀ। ਠੀਕ ਹੈ। ਤਾਂ ਵੀ ਉੱਥੇ ਜਦ ਪਹੁੰਚੇ ਤਾਂ ਫਿਰ ਮੈਨੂੰ ਆਪਣੀ ਸਾਲੀ ਨੂੰ ਕਿਹਾ ਵੀ ਤੂੰ ਕੱਪੜੇ ਦੇ ਪੈਸੇ ਚੱਕ ਲਏ ਵੀ ਇਹਨੂੰ ਦੇਣੇ ਪੈਣਗੇ। ਤਾਂ ਜਿਹੜੀ ਦਾਈ ਹੈ ਸੀਮਾ ਦਾਈ ਜੋੜਿਆ 'ਤੇ ਗਏ ਅਸੀਂ ਜਦ ਉਹਦੇ ਘਰ, ਤਾਂ ਉਹਦੀ ਕੁੜੀ ਨੇ ਗੇਟ ਖੋਲ੍ਹਿਆ ਤਾਂ ਉਹਨੇ ਨਾਲ ਮੇਰੇ ਲੱਗ ਕੇ ਬੈੱਡ 'ਤੇ ਪਵਾਈ। ਤਾਂ ਫਿਰ ਸੀਮਾ ਦਾਈ ਆਈ ਤਾਂ ਉਹਨੇ ਚੈੱਕਅਪ ਕਰਿਆ ਔਰ ਉਹਦਾ ਅਬੋਰਸ਼ਨ ਕਰਤਾ। ਜਦ ਕਿ ਸਾਨੂੰ ਕੁਛ ਪੁੱਛਿਆ ਵੀ ਨਹੀਂ, ਸਾਨੂੰ ਬਾਅਦ 'ਚ ਦੱਸਿਆ ਹੀ ਕਰ ਕੇ। ਤੁਸੀਂ ਕੀ ਮੰਗ ਕਰਦੇ ਹੋ? ਸਾਨੂੰ ਤਾਂ ਇਹ ਮੰਗ ਕਰਦੇ ਹਾਂ ਵੀ ਉਹਨੂੰ ਸਸ ਤੋਂ ਸਸ ਤੋਂ ਸਜ਼ਾ ਮਿਲੇ, ਵੀ ਇੱਕ ਅੱਜ ਸਾਡੇ ਨਾਲ ਹੋਇਆ ਤਾਂ ਕੱਲ੍ਹ ਕਿਸੇ ਹੋਰ ਨਾਲ ਨਾ ਹੋਵੇ ਇਹ ਗੱਲ। ਠੀਕ ਹੈ। ਇੱਕ ਮਾਮਲਾ ਪੇਸ਼ ਆਇਆ ਸੀਗਾ ਜਿਹਦੇ ਵਿੱਚ ਸ਼ਬਾਨਾ ਪਤਨੀ ਅਜ਼ਹਰ ਦੀ ਹੈ ਜੀ, ਜੋ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਈ ਸੀਗੀ, ਉਹਨੇ ਦੋਸ਼ ਲਾਇਆ ਸੀਗਾ ਕਿ ਮੇਰੇ ਪੇਨ ਉੱਠੀ ਸੀਗੀ, ਮੈਂ ਗਰਭਵਤੀ ਸੀਗੀ, ਕਿ ਜੋੜਿਆਂ 'ਤੇ ਕੋਈ ਸੀਮਾ ਨਾਂ ਦੀ ਅਨਟ੍ਰੇਨਡ ਦਾਈ ਹੈ ਕਿ ਅਸੀਂ ਉਹਦੇ ਕੋਲ ਗਏ, ਸੰਡੇ ਦਾ ਦਿਨ ਸੀਗਾ, ਮੇਰੀ ਮਰਜ਼ੀ ਦੇ ਖਿਲਾਫ ਮੈਨੂੰ ਬੇਹੋਸ਼ ਕਰਕੇ, ਮੇਰਾ ਪਤੀ ਨਾਲ ਸੀਗਾ, ਮੇਰੀ ਸਿਸਟਰ ਨਾਲ ਸੀ, ਉਹਨੇ ਮੇਰਾ ਬਾਅਦ 'ਚ ਪਤਾ ਲੱਗਿਆ ਅਬੋਰਸ਼ਨ ਕਰਤਾ। ਇਹ ਬਿਆਨ ਉਹਨੇ ਸਾਨੂੰ ਸਿਵਲ ਹਸਪਤਾਲ ਦੇ ਵਿੱਚ ਦਿੱਤਾ ਜੀ ਜੀ, ਅਤੇ ਉਸ ਤੋਂ ਬਾਅਦ ਪਤਾ ਇਹ ਲੱਗਿਆ ਕਿ 3 ਡਾਕਟਰਾਂ ਦਾ ਇੱਕ ਬੋਰਡ ਵੀ ਬਣਿਆ ਸੀਗਾ ਜਿਹਦੇ ਵਿੱਚ ਪੜਤਾਲ ਹੋਈ ਹੈ, ਅਤੇ ਉਹ ਡਾਕਟਰ ਕਰਨਵੀਰ ਜੀ ਆ ਜਿਹੜੇ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਦੱਸਿਆ ਬੋਰਡ ਵਾਲੀ ਦੇ ਵਿੱਚ ਕਿ ਉਹ ਲੇਡੀ ਪ੍ਰੈਗਨੈਂਟ ਸੀਗੀ ਔਰ ਉਸਦਾ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਅਬੋਰਸ਼ਨ ਵੀ ਹੋਇਆ ਜੀ, ਅਤੇ ਉਹਦੇ ਬਾਰੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਹੁਣ ਤੱਕ, ਕੀ ਹੋਇਆ ਉਹ ਪਲੀਜ਼? ਓਕੇ, ਅਤੇ ਤੁਹਾਡੀ ਗੱਲ ਬਿਲਕੁਲ ਸਹੀ ਹੈ, ਜਿਹੜੀ ਪਹਿਲਾਂ ਸਟੇਟਮੈਂਟ ਲੇਡੀ ਨੇ ਦਿੱਤੀ ਉਹ ਇੱਦਾਂ ਹੀ ਦਿੱਤੀ ਸੀਗੀ ਕਿ ਇੱਦਾਂ ਕਰਕੇ ਮੇਰਾ ਇਹਨਾਂ ਨੇ ਅਬੋਰਸ਼ਨ ਕੀਤਾ ਹੈਗਾ ਜੀ, ਅਤੇ ਜਿਸਦੇ ਅਸੀਂ ਬਿਆਨ ਲਿਖ ਕੇ ਸਾਨੂੰ ਥੋੜ੍ਹਾ ਜਿਹਾ ਮਸਲਾ ਥੋੜ੍ਹਾ ਜਿਹਾ ਸ਼ੱਕੀ ਲੱਗਿਆ ਅਸੀਂ ਇਹਦੀ 48 ਰਾਫਟਰ ਪਾਈ ਹੈ, ਅਤੇ ਜਿਸ 'ਤੇ ਨੈਕਸਟ ਡੇ ਅਸੀਂ ਡਾਕਟਰਾਂ ਦਾ ਇੱਕ ਬੋਰਡ ਬਣਵਾ ਕੇ ਇੱਕ ਮੈਡੀਕਲ ਵੀ ਕਰਵਾਇਆ। ਤਾਂ ਇਨ ਦਾ ਮੇਨ ਟਾਈਮ ਹੀ ਲੇਡੀ ਨੇ ਆਪਣੀ ਜਿਹੜੀ ਜਦੋਂ ਉਹ ਬਿਲਕੁਲ ਠੀਕ ਹੋ ਗਈ, ਹੋਸਪਿਟਲ ਵਿੱਚੋਂ ਡਿਸਚਾਰਜ ਹੋਈ ਹੈ, ਅਤੇ ਨਾਲ ਹੀ ਉਹਨੇ ਆਪਣੀ ਸਟੇਟਮੈਂਟ ਦੁਬਾਰਾ ਦਿੱਤੀ ਹੈ ਕਿ ਇੱਦਾਂ ਕਰਕੇ ਮੈਨੂੰ ਕਿਸੇ ਨੇ ਕਹਿਣ 'ਤੇ ਮੈਂ ਸਟੇਟਮੈਂਟ ਦਿੱਤੀ ਸੀ ਘਬਰਾ ਕੇ, ਪਰ ਇੱਦਾਂ ਕਰਕੇ ਮੈਂ ਜਿਸ ਦਿਨ ਮੇਰੀ ਬਲੀਡਿੰਗ ਸਟਾਰਟ ਹੋਈ ਹੈ, ਮੈਂ ਪ੍ਰੈਗਨੈਂਟ ਹੈਗੀ ਸੀਗੀ, ਤਾਂ ਮੈਨੂੰ ਫਸਟ ਏਡ ਦਿੱਤੀ ਹੈ ਇਸ ਜੋ ਸੀਮਾ ਦਾਈ ਹੈ, ਕਿਉਂਕਿ ਸੰਡੇ ਦਾ ਦਿਨ ਹੋਣ ਕਰਕੇ ਕੋਈ ਡਾਕਟਰ ਨਹੀਂ ਸੀਗਾ, ਅਤੇ ਇਸ ਕਰਕੇ ਬਲੀਡਿੰਗ ਹੋਣ ਕਰਕੇ ਫਸਟ ਏਡ ਦੀ ਫਸਟ ਏਡ ਦਿੱਤੀ ਗਈ ਉਹਦੇ ਵੱਲੋਂ, ਅਤੇ ਨਾਲ ਹੀ ਕਹਿੰਦੇ ਮੈਨੂੰ ਇਹਨਾਂ ਨੇ ਸਿਵਲ ਹੋਸਪਿਟਲ ਐਡਮਿਟ ਕਰਾਇਆ ਜਿੱਥੇ ਮੇਰਾ ਇਲਾਜ ਚੱਲਿਆ, ਅਤੇ ਹੁਣ ਮੈਂ ਬਿਲਕੁਲ ਠੀਕ ਠਾਕ ਹਾਂ, ਅਤੇ ਮੈਂ ਕਿਸੇ 'ਤੇ ਕੋਈ ਕਾਰਵਾਈ ਨਹੀਂ ਕਰਾਉਂਦਾ। ਜਿਹੜੀ ਫਸਟ ਏਡ ਹੋਈ ਸਰ, ਕੀ ਉਹਦੇ ਵਿੱਚ ਅਬੋਰਸ਼ਨ ਹੋ ਗਿਆ? ਦੇਖੋ ਇਹ ਤਾਂ ਹੁਣ ਅਬੋਰਸ਼ਨ ਹੋਇਆ ਜਾਂ ਮੈਡੀਕਲ ਰਿਪੋਰਟ ਮੈਡੀਕਲ ਰਿਪੋਰਟ ਨੇ ਕਲੀਅਰ ਕਰਨਾ ਗੱਲ, ਮੈਡੀਕਲ ਰਿਪੋਰਟ ਜੇ ਆਪਾਂ ਤੁਸੀਂ ਲੈਣੀ ਹੈ, ਅਤੇ ਸੈਕਿੰਡ ਥਿੰਗ ਇਹਦੇ ਵਿੱਚ ਇਹ ਹੈ ਵੀ ਜਿਹੜੀ ਉਹਨੇ ਲੇਡੀ ਦੱਸ ਰਹੀ ਮੈਨੂੰ ਬਲੀਡਿੰਗ ਸਟਾਰਟ ਹੋ ਗਈ ਸੀ, ਬਲੀਡਿੰਗ ਦੇ ਵਿੱਚ ਹੁਣ ਕੀ ਹੋਇਆ, ਅਬੋਰਸ਼ਨ ਹੋਇਆ ਜਾਂ ਉਹਨੂੰ ਕੋਈ ਵੈਸੇ ਕੋਈ ਪ੍ਰੋਬਲਮ ਹੋਈ ਹੈ, ਉਹ ਰਿਪੋਰਟ ਤੋਂ ਹੀ ਪਤਾ ਲੱਗ ਸਕਦਾ, ਰਿਪੋਰਟ ਅਜੇ ਲੈਣੀ ਪੈਣੀ ਹੈ। ਥੈਂਕ ਯੂ ਜੀ।